अस्सलाम वालेकुम, कैसे हैं? ठीक है। आज करना है वो बाहर वाले डेरे के ऊपर काम। मैं दिखाता हूँ कहाँ करना है। ये पीछे भी हैं सारे दो शागिर्द हैं मेरे पास, वही पुराने फटे पुराने। ओ नहीं चले, सोनी, मैं नहीं है, गलत है। ये देखें ना ये देखें, ये भी ये बनायो फटा तो मेरे ये को पेट पुराना। का पीछे। आए हैं वही हैं वही हैं, वो पीछे जो भी नज़र आ रहा है वही है। तो चलते हैं। ने ग्राइंडर फड़िया तो उन्हें कुछ भी नहीं फड़िया। चलो हैदर चली जाओ ओ डेरा जी, भाई जन ओ डेरा जी। चलो गाड़ी स्टार्ट करो। मोटरसाइकिल इत्थे रहेगी, असी पैदल ही जाएंगे। कुछ जगह तू पहली गिली है तो कुछ तू नरम। मोटरसाइकिल उत्थे खिलारी ताकि पैदल ही बंदा चलता जाए। अज तू एक साल पहले यह काम किया इस साइड शावर का। उत्थे नवा डेरा बनया, एक वाशरूम, थोड़ा सारा काम, एक दो दिन का काम है। मेरे को है हीटर बक्स, बाकी उन्होंने को ग्राइंडर तार दे औजार। ਕਿਤੇ ਇੱਥੇ ਮੋਟਰਸਾਈਕਲ ਲੈ ਕੇ ਆਉਣੇ ਬਿਹਤਰ ਨਹੀਂ ਹੈ। ਪੈਂਚਰ ਹੋਈਏ ਤਾਂ ਫਿਰ ਕਿੱਥੋਂ ਲਵਾਉਣਾ, ਪੈਦਲ ਹੀ ਚੱਲਦੇ ਜਾਓ ਬਿਹਤਰ। ਥੋੜ੍ਹਾ ਹੀ ਰਹਿ ਗਿਆ। ਇਹ ਜਿਹੜੇ ਪਿੱਛੇ ਆਉਂਦੇ ਨੇ ਉਹ ਥੱਕ ਕੇ ਬੈਠੇ ਨੇ, ਪਤਾ ਨਹੀਂ ਕਿੰਨਾ ਕੁ ਵਜ਼ਨ ਚੁਕਾ ਖੜਿਆ ਉਸਤਾਦ ਨੇ ਇਹਨਾਂ ਨੂੰ। ਓਏ ਹੋਏ ਹੋਏ, ਐਡਾ ਵੱਡਾ ਕੁੱਤਾ ਵੇਖੋ ਜੀ, ਸਾਨੂੰ ਪੈਂਦਾ ਚੱਲ ਪੈ ਹੰਝਣਾ ਪੈਣਾ। ਓਹੋ ਹੋ ਹੋ ਓਏ ਹੋ ਹੋ ਅੰਮੀ ਜੀ, ਇੱਥੇ ਹਰੀ ਮਿਰਚ ਭੱਠੇ ਲਾੜੀ ਮਾ ਯਾਰ। ਚਲੋ ਸਹੀ ਹੋ ਗਏ, ਸਹੀ ਹੈ ਨਾ? ਹਾਂ ਸਾਹਿਬ ਜੀ, ਕੋਈ ਵਾਲ ਹੈਗਾ ਜੇ ਕੋਲ? ਕਿਹੜਾ? ਖੋਲਣ ਵਾਲਾ ਲੈ ਆਵਾਂਗੇ। ਉਹ ਘਰ ਲਾਉਣਾ ਯਾਰ, ਜੇ ਲਾ ਦੇ ਤੇਰੀ ਬੜੀ ਨਿੱਕੀ ਲੱਗ ਜੂ। ਕਿੰਨੇ ਦਾ ਆਉਂਦੇ ਵਾਲ? 300 ਦਾ ਵੀ 400 ਦਾ ਫਰਕ ਫਰਕੀ। ਤੂੰ 300 ਵਾਲੇ ਲਾ ਦੇਣਾ, ਘਰ ਲਾਉਣਾ ਮੋਟਰ ਦੇ ਨਾ ਗਰਾਜ ਦੇ ਵਿੱਚ, ਟੂਟੀ ਲੱਗੀ ਟੂਟੀ ਖੋਲ ਲੈਣੀ ਹੈ। ਹਾਂਜੀ, ਤੇ ਵਾਲ ਅੱਜ ਹੀ ਲਾਣਾ ਹੈ, ਗੱਡੀ ਛੱਡੀ ਧੋਣ ਤੋਂ ਬੜੇ ਤੰਗ ਹੈਗੇ। ਅੱਛਾ ਬਾਹਰ ਕੱਢਦੇ ਹਾਂ। ਕੀ ਕਰਨਾ ਪਿਆ ਇਹਨੂੰ? ਕਿੱਥੇ ਲੈ ਕੇ ਜਾਣਾ ਈ, ਕਿੱਥੇ ਲੈ ਕੇ ਜਾਣਾ ਈ ਇਹਨੂੰ? ਉਹ ਵੱਡੂ ਦਾ ਕੀ
ਰੋਟੀ ਦਾ ਟਾਈਮ ਤਾਂ ਸਾਡਾ ਹੋ ਗਿਆ ਅਤੇ ਮੈਂ ਸਾਰਾ ਕੁਛ ਲੈ ਆਉਂਦਾ ਅਤੇ ਉਹ ਬੱਚੇ ਉਹ ਉੱਥੇ ਬੈਠੇ ਨੇ ਕਦਰ ਤਲਾ ਬਸ ਲੈ ਆ ਜਿਹਦੇ ਪਿੱਛੇ ਆਉਂਦੇ ਆ ਇਹ ਅੱਜ ਮੌਕਾ ਲੱਗਿਆ ਸਾਨੂੰ ਚੰਗੀ ਰੋਟੀ ਖਾਣ ਦਾ ਨਹੀਂ ਤਾਂ ਖੁੱਲ੍ਹੀ ਜਗ੍ਹਾ ਖੁੱਲ੍ਹੀਆਂ ਹਵਾਵਾਂ ਤਾਂ ਵਾਸਤੇ ਇੰਨਾ ਹਿਸਾਬ ਕਿਤਾਬ ਕਰ ਲਿਆ ਸ਼ੁਕਰ ਇਹ ਕੰਮ ਸੁਬਹ ਕਾ ਕੀ ਹੈ ਮੁਕੰਮਲ ਜੀ ਗਟਰ ਹੈ ਛੋਟਾ ਸਾ ਇੱਕ ਵਾਸ਼ਰੂਮ ਕਾ ਔਰ ਇਹ ਕੀ ਹੈ ਮੁਕੰਮਲ ਜੀ ਛੱਤ ਨਹੀਂ ਉੱਪਰ ਉਸਕੇ ਉੱਪਰ ਵਾਸ਼ਰੂਮ ਕੇ ਤੇ ਸਾਰਾ ਮੁਕੰਮਲ ਹੈ ਦੂਸਰੇ ਸਟੈਪ ਮੇਂ ਮੁਕੰਮਲ ਹੋਗਾ ਜਬ ਇਹ ਟੈਂਕੀ ਬਾਅਦ ਮੇਂ ਲੱਗੇਗੀ ਉਧਰੋਂ ਉਹਨੇ ਲੇਟ ਰਸ਼ ਜਾ ਚਾਨ ਕੱਢੀ ਉਹਦੇ ਉਧਰੋਂ ਲੈ ਚੁੱਕੀ ਉਹਨਾਂ ਉਹਨੂੰ ਘਰ